ਭਾਰੀ ਵਰਖਾ ਕਾਰਨ ਬਲਾਕ ਬੰਗਾ ਦੇ ਪਿੰਡ ਚੇਤਾ ਨਾਲ ਲੱਗਦੀ ਚਿੱਟੀ ਬੇਈ ਦੀ ਸਫਾਈ ਅਤੇ ਬੇਈ ਤੇ ਬੰਨ ਹੋਣ ਕਾਰਨ ਸਾਰਾ ਪਿੰਡ ਪਾਣੀ ਦੀ ਮਾਰ ਹੇਠਾਂ ਆ ਗਿਆ। ਲੋਕਾਂ ਦੇ ਘਰ ਵੀ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ। ਕਿਸਾਨਾਂ ਦੀ ਫਸਲਾਂ ਦਾ 300 ਏਕੜ ਰਕਬਾ ਅਤੇ ਪਸ਼ੂਆਂ ਦਾ ਚਾਰਾ ਬਿਲਕੁਲ ਤਬਾਹ ਹੋ ਗਿਆ ਹੈ। ਸਾਰੇ ਪਿੰਡ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਮੌਕੇ 'ਤੇ ਜ਼ਿਲ੍ਹਾ ਪ੍ਰਸ਼ਾਸਨ, SDM ਅਮਨਜੋਤ ਕੌਰ, ਤਹਿਸੀਲਦਾਰ ਪ੍ਰਵੀਨ ਕੁਮਾਰ ਅਤੇ ਹਲਕਾ ਵਿਕਾਸ ਸੁਖਵਿੰਦਰ ਕੁਮਾਰ ਸੁੱਖੀ ਨੇ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦਿਵਾਇਆ ਹੈ। ਏਕੜ ਮਤਲਬ ਸਾਡਾ ਏਰੀਆ ਖਰਾਬ ਹੋਇਆ, ਇਹਦਾ ਸਾਨੂੰ 80% ਘੱਟ ਤੋਂ ਘੱਟ ਮੁਆਵਜ਼ਾ ਮਿਲਣਾ ਚਾਹੀਦਾ। ਅਤੇ ਬਾਕੀ ਜਿਹੜੀ ਡਰੇਨ ਦੀ ਗੱਲ ਕੀਤੀ ਗਈ, ਇਹ 1500 ਫੁੱਟ ਇਹਨਾਂ ਨੇ ਐਤਕੀ ਸਾਰੀ ਸਫਾਈ ਕਰਨੀ ਸੀ, ਜਦੋਂ ਕਿ ਬਣਦੀ ਜ਼ਿਆਦਾ 3-4 ਕਿਲੋਮੀਟਰ ਬਣਦੀ ਆ। ਅਤੇ ਇਸ ਕਰਕੇ ਜੂਨ ਮਹੀਨੇ ਤੋਂ ਪਹਿਲਾਂ ਸਫਾਈ ਹੋਣੀ ਚਾਹੀਦੀ ਹੈ, ਨਾ ਕਿ ਬਰਸਾਤ ਦੇ ਵਿੱਚ ਲਿਆ ਕੇ ਮਸ਼ੀਨਾਂ ਖੜੀਆਂ ਕਰ ਦੇਣ ਜਦੋਂ ਕਿ ਬਰਸਾਤ ਪੈਂਦੀ ਹੈ। ਜਦੋਂ ਮੀਂਹ ਪੈਂਦਾ ਜੀ ਉਸ ਵੇਲੇ ਪ੍ਰਸ਼ਾਸਨ ਬਾਅਦ ਫਿਰ ਸੌਂ ਜਾਂਦਾ। ਤੁਸੀਂ ਕੀ ਕਹਿਣਾ ਚਾਹੁੰਦੇ ਆ ਭਈ, ਜੇ ਅਸੀਂ ਜੇ ਮਸ਼ੀਨਾਂ ਭੇਜਾਂ ਕੋਲ ਖੜ ਕੇ ਅਸੀਂ ਇਹਦੀ ਸਫਾਈ ਕਰਾਵਾਂਗੇ ਔਰ ਪਰੜੀ ਬਣਾਵਾਂਗੇ ਬੰਨ ਦੀ, ਹਾਂਜੀ, ਫਿਰ ਅਸੀਂ ਮਤਲਬ ਦੂਜਾ ਭੁੱਖ ਹੜਤਾਲ ਕਰਾਂਗੇ। ਹਾਂ, ਸਾਰਾ ਪਿੰਡ ਇਕੱਠੇ ਹੋ ਕੇ ਜਾਵਾਂਗੇ। ਅਤੇ ਬਾਕੀ ਆ ਸੜਕਾਂ ਦੇ ਉੱਤੇ ਪੁਲੀਆਂ, ਜਿੱਦਾਂ ਕੋਈ ਰੋਕ ਦਿੰਦਾ ਜੀ ਮੈਂ ਨਹੀਂ ਇੱਥੇ ਬਣ ਦੇਣੀ, ਉਹ ਕਹਿੰਦਾ ਮੈਂ ਨਹੀਂ ਇੱਥੇ ਬਣ ਦੇਣੀ, ਇਹ ਮਤਲਬ ਸਰਕਾਰੀ ਤੌਰ ਦੇ ਉੱਤੇ ਕਾਨੂੰਨ ਦੇ ਤੌਰ 'ਤੇ ਬਣਨੇ ਚਾਹੀਦੇ। ਹਾਂ ਹਾਂਜੀ, ਪੁਲੀਆਂ ਇੱਥੇ ਬਣਨ, ਦੋ ਅਗਲੇ ਬੰਨੇ ਬਣ ਜਾਣ। ਚੀਤਾ ਤੋਂ ਸ਼ੀਰੂ ਪਲੱਸ ਸਰਪੰਚ ਪਿੰਡ ਚੀਤਾ, ਜੋ ਕਿ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਬਹੁਤ ਜ਼ਿਆਦਾ, ਜਿਹਦੇ ਨਾਲ ਸਾਡੇ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਔਰ ਉਹਦੇ ਨਾਲ ਨਾਲ ਕਿ ਜਿਵੇਂ ਪਸ਼ੂ ਪਾ ਜਾਂ ਹੋਰ ਕਾਫੀ ਮਤਲਬ ਘਰਾਂ ਨੂੰ ਨੁਕਸਾਨ ਹੋਇਆ, ਉਹ ਮੈਂ ਚਾਹੁੰਦਾ ਹਾਂ ਕਿ ਸਾਡੇ ਜਿੰਨੇ ਵੀ ਅਫਸਰ ਸਹਿਬਾਨ ਆ ਆਏ ਹੈਗੇ ਆ, ਉਹਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ। ਇੱਦਾਂ ਦੀ ਵੀ ਗੱਲ ਨਹੀਂ ਹੈ ਕਿ ਉਹਨਾਂ ਨੇ ਆਣ ਕੇ ਪਿੰਡ ਦੇ ਵਿੱਚ ਸਾਡੇ ਨਾਲ ਰਾਊਂਡ ਲਗਾਏ। ਤਹਿਸੀਲਦਾਰ ਸਾਹਿਬ ਨੇ ਇਸੇ ਤਰੀਕੇ ਨਾਲ, SDM ਸਾਹਿਬ ਸਾਡੇ ਪਹੁੰਚੇ ਹੈਗੇ ਆ। ਅਤੇ ਨਾਲ ਨਾਲ ਮੈਂ ਬੇਨਤੀ ਕਰਾਂ ਕਿ ਸਾਨੂੰ ਜੋ ਵੀ ਇਹਨਾਂ ਫਸਲਾਂ ਦਾ ਜਾਂ ਮੰਨ ਲਓ ਸਾਡੇ ਘਰਾਂ ਦੇ ਵਿੱਚ ਛੱਤਾਂ ਡਿੱਗ ਗਈਆਂ ਜਾਂ ਮਕਾਨ ਖਰਾਬ ਹੋ ਗਿਆ ਜਾਂ ਪਾਣੀ ਘਰਾਂ ਦੇ ਵਿੱਚ ਆ ਗਿਆ, ਸਾਨੂੰ ਉਹਨਾਂ ਦਾ ਬਣਦਾ ਜੋ ਮੁਆਵਜ਼ਾ ਵਗੈਰਾ ਦਿੱਤਾ ਜਾਵੇ। ਸਾਡੇ ਪਸ਼ੂ ਪਾਲ ਨੂੰ ਜਾਂ ਚਾਰੇ ਦੀ ਜ਼ਰੂਰਤ ਹੈ, ਹੱਦ ਤੋਂ ਵੱਧ ਜ਼ਰੂਰਤ ਹੈ, ਉਹ ਸਾਡੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੁੰਚਾਈ ਜਾਵੇ। ਸੋ ਮੈਂ ਚਾਹੁੰਦਾ ਕਿ ਸਾਡੇ ਪਿੰਡ ਨੂੰ ਜਿਹੜਾ ਪਾਣੀ ਦੀ ਮਾਰ ਜਿਹੜੀ ਪਈ ਆ ਉਹ ਬਈ ਦੀ ਹੈ, ਬਈ ਦੇ ਨਾਲ ਨਾਲ ਸਾਡੇ ਕੁਛ ਪੈਂਦੇ ਚੋ ਹੈਗੇ ਨੇ ਜਿਹੜੇ, ਉਹਨਾਂ ਚੋਆਂ ਦੇ ਨਾਲ ਪਾਣੀ ਆਇਆ ਵੱਧ ਤੋਂ ਵੱਧ ਸਾਡੇ ਪਿੰਡ ਨੂੰ। ਪਿੰਡ ਸਾਡਾ ਇਸੇ ਬੰਨ ਨਾ ਹੋਣ ਕਾਰਨ ਬਈ ਦਾ, ਜਿਹੜਾ ਕਿ ਉਹ ਆਪਣੇ ਬੰਨਾਂ ਤੋਂ ਮਿੱਟੀ ਜਿਹੜੀ ਕਿ ਬਿਲਕੁਲ ਵੀ ਹੈ ਨਹੀਂ ਉਹ, ਤਾਂ ਉਹਦੀ ਵਜ੍ਹਾ ਦੇ ਨਾਲ ਸਾਡੇ ਪਿੰਡ ਨੂੰ ਜਿਹੜਾ ਕਿ ਪਾਣੀ ਦੀ ਮਾਰ ਪਈ ਆ। ਬਈ ਦੀ ਸਫਾਈ ਹੋਈ ਨੂੰ ਘੱਟ ਤੋਂ ਘੱਟ 25 ਤੋਂ 30 ਸਾਲ ਹੋ ਗਏ ਜੀ, ਜਿਹੜਾ ਕਿ ਸਾਡੇ ਪਿੰਡ ਨੂੰ ਅੱਜ ਤੱਕ ਵੀ ਕਿਸੇ ਨਹੀਂ ਦੇਖਿਆ। ਸੋ ਮੈਂ ਚਾਹੁੰਦਾ ਹਾਂ ਵੀ ਇਹ ਜਿਹੜੀ ਸਾਡੇ ਪਿੰਡ ਦੀ ਬਈ ਦੀ ਸਫਾਈ, ਜਿਵੇਂ ਕਿ ਮੈਂ ਲਿਖਾਇਆ ਸੀਗਾ ਜੀ, ਨੌਰਾ ਤੋਂ ਲੈ ਕੇ ਅਤੇ ਪਿੰਡ ਮਾਂਗਟਾਂ ਡਿੰਗਰੀਆਂ ਤੱਕ ਸਾਡੇ ਬਈ ਦੀ ਸਫਾਈ ਹੋਣੀ ਚਾਹੀਦੀ ਆ। ਹਰਜਿੰਦਰ ਕੁਮਾਰ ਜੀ, ਸਾਨਾ ਹਰਜੀਤ ਰਾਮ, ਪਿੰਡ ਚੇਤਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜੀ ਰਹਿਣ ਵਾਲਾ। ਇਹ 24 ਤਰੀਕ ਰਾਤ ਨੂੰ ਜੀ ਤਕਰੀਬਨ 11 ਵਜੇ ਸਾਡੇ ਵਿਹੜੇ ਵਿੱਚ ਪਾਣੀ ਵੜਿਆ ਅਤੇ 2 ਵਜੇ ਦੇ ਕਰੀਬ ਸਾਡੇ ਅੰਦਰਾਂ ਦੇ ਵਿੱਚ ਪਾਣੀ 1.5 ਫੁੱਟ ਪਾਣੀ ਹੋ ਗਿਆ, ਜੋ ਕਿ 4 ਵਜੇ ਬੜਾ ਸਮਾਨ ਉੱਪਰ ਚੱਕਿਆ। ਫਿਰ ਜਦੋਂ ਬੇਬਸੀ ਹੋ ਗਈ ਤਾਂ ਫਿਰ ਅਸੀਂ ਉੱਧਰ ਸਮਾਨ ਸਾਰਾ ਕੱਢ ਕੇ
ਪੇਟੀਆਂ ਬੈੱਡ ਸਾਰੇ ਕੱਢ ਕੇ ਉੱਧਰ ਰੱਖੇ ਜੀ। ਹਾਂਜੀ ਅਸੀਂ ਰਹਿ ਰਹੇ ਇੱਧਰ ਨਾਲ ਗੁਆਂਢੀਆਂ ਦੇ, ਮੇਰੇ ਤੋਂ ਵੱਡਾ ਹੈ ਜੀ ਉਹਦੇ, ਅਸੀਂ ਵਿਹੜੇ ਦੇ ਵਿੱਚ ਰਹਿੰਦੇ ਹਾਂ ਉੱਥੇ, ਅਤੇ ਸਮਾਨ ਵੀ ਉਹਨਾਂ ਦੇ ਵੀ ਵਿਆਹ ਆ, ਅਤੇ ਸਾਨੂੰ ਰਹਿਣ ਦੀ ਬੜੀ ਤੰਗੀ ਹੋਈ ਹੈ ਇਸ ਸਮਾਗੇ। ਠੀਕ ਹੈ, ਖੜਾ ਆ ਪਿੱਛੇ ਜੇ ਘਰਾਂ ਦੇ ਵਿੱਚ 1 ਫੁੱਟ ਪਾਣੀ ਚੜਿਆ ਆ, ਜਿੱਥੇ ਅੱਜ ਝੋਨੇ ਦੀ ਸਾਰੀ ਫਸਲ ਖਰਾਬ ਹੋਈ ਆ। ਇਹ ਕਿਤੇ ਨਾ ਕਿਤੇ ਡਰੇਨੇਜ ਵਿਭਾਗ ਦੀ ਜਿਹੜੀ ਅਣਗਹਿਲੀ ਆ, ਅਤੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ 35-40 ਸਾਲ ਤੋਂ ਇਸ ਜਿਹੜੀ ਇਹ ਬੇਈ ਹੈ ਇਹਦੀ ਸਫਾਈ ਨਹੀਂ ਹੋਈ। ਔਰ ਪਿੱਛੇ ਜਦੋਂ ਬਾਲੋਂ ਗੋਬਿੰਦਪੁਰ ਔਰ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਚਿੱਟੀ ਬੇਈ ਦੇ ਵਿੱਚ ਜਦੋਂ ਇਹ ਹੜ੍ਹ ਆਇਆ, ਉਸ ਵੇਲੇ ਸਰਕਾਰ 'ਤੇ ਦਬਾਅ ਬਣਾਇਆ ਔਰ ਸਰਕਾਰ ਨੇ 3-4 ਕਿਲੋਮੀਟਰ ਜਿਹੜੀ ਆ ਬੇਈ ਸਾਫ਼ ਕਰਾਤੀ ਔਰ ਚੇਤੇ ਕੋਲ ਅੱਗ ਵਿੱਚ ਛੱਡ ਗਏ। ਸੋ ਅਸੀਂ ਇਹ ਜਿੱਥੇ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਕਹਿੰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਚਿੱਟੀ ਬੇਈ ਹੈ ਸਫਾਈ ਕਰਾਈ ਜਾਵੇ। ਔਰ ਮੈਂ ਵਿਧਾਨ ਸਭਾ 'ਚ ਵੀ ਇਹ ਗੱਲ ਰੱਖੂੰਗਾ, ਕਿਉਂਕਿ ਮੇਰੀ MLA ਹੋਣ ਦੇ ਨਾਤੇ ਵੀ ਡਿਊਟੀ ਬਣਦੀ ਹੈ ਕਿ ਜੇ ਮੇਰੇ ਹਲਕੇ 'ਚ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਈ ਹੈ, ਜੇ ਪਿੱਛੇ ਇਹ ਗੱਲ ਨਹੀਂ ਰੱਖੀ ਜਾ ਸਕੀ, ਪਰ ਹੁਣ ਮੈਂ ਮੌਜੂਦਾ MLA ਹਾਂ, ਮੈਂ ਜਾ ਕੇ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਦੇ ਮੰਤਰੀ ਉਹਨਾਂ ਨਾਲ ਵੀ ਗੱਲ ਕਰੂੰਗਾ ਔਰ ਸਰਕਾਰ ਦੇ ਧਿਆਨ 'ਚ ਲਿਆ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਸ ਗੱਲ ਲਈ ਮਜਬੂਰ ਕਰੀਏ ਕਿ ਇਹ ਚਿੱਟੀ ਬੇਈ ਦੀ ਸਫਾਈ ਹੋ ਜਾਏ। ਜਦੋਂ ਇਹ ਸਫਾਈ ਹੋ ਜਾਏਗੀ ਤਾਂ ਸਾਡੇ ਜੇ ਕਿਸਾਨ ਆ ਜਿਹੜਾ ਪਹਿਲਾਂ ਹੀ ਕਰਜ਼ੇ ਦੀ ਮਾਰ ਥੱਲੇ ਆ, ਜਿਹੜਾ ਪਹਿਲਾਂ ਹੀ ਕਿਸਾਨ ਜਿਹੜਾ ਖੁਦਕੁਸ਼ੀਆਂ ਕਰ ਰਿਹਾ, ਔਰ ਜਿਹੜਾ ਮਜ਼ਦੂਰ ਆ ਜਿਹੜਾ ਕਿਸਾਨ ਦੇ ਉੱਤੇ ਡਿਪੈਂਡੈਂਟ ਆ, ਉਹ ਵੀ ਅੱਜ ਦੁਖੀ ਆ। ਸੋ ਮੈਂ ਜਿਹੜਾ ਅਮਰਿੰਦਰ ਸਾਹਿਬ ਇਹਨਾਂ ਦਾ ਨੁਕਸਾਨ ਹੋਇਆ, ਜਿੱਦਾਂ ਹੁਣ ਇਹਨਾਂ ਦਾ ਕਹਿਣਾ ਅਸੀਂ ਕਰਜ਼ਾ ਲਿਆ ਆ, ਕੋਈ ਉਹਦੇ ਬਾਰੇ ਵੀ ਗੱਲ ਚੱਲੇਗੀ ਜੀ? ਦੇਖੋ ਅਸੀਂ ਇਹ ਗੱਲ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਮੈਂ ਗੱਲ ਰੱਖੀ ਸੀ ਕਰਜ਼ੇ ਵਾਲੀ, ਉਹ ਇਹ ਰੱਖੀ ਸੀ ਕਿ ਬਈ ਜਿਹੜਾ ਕਿਸਾਨਾਂ ਦਾ ਗੰਨੇ ਦਾ ਪੈਸਾ ਨਹੀਂ ਮਿਲਿਆ ਇੱਥੇ। ਮੈਂ ਮੰਤਰੀ ਸਾਹਿਬ ਨੂੰ ਇਹ ਕੁਐਸਚਨ ਕੀਤਾ ਵੀ ਜਿਹੜੇ ਬੰਗਾ ਹਲਕੇ ਦੇ ਲੋਕ ਨੇ ਵੀ ਇਹਨਾਂ ਦਾ ਪੈਸਾ ਤਾਂ ਦਵਾਓ, ਵੀ ਪੈਸਾ ਨਹੀਂ ਦਵਾਉਣਾ, ਕਿਸਾਨ ਜਿਹੜਾ 12-18% ਵਿਆਜ ਦਿੰਦਾ, ਵੀ ਘੱਟ ਤੋਂ ਘੱਟ ਜਿਹੜੀ ਮਿਲ ਕਿਸੇ ਦੀ ਹੋਵੇ, ਪ੍ਰਾਈਵੇਟ ਹੋਵੇ ਜਾਂ ਸਰਕਾਰੀ ਹੋਵੇ, ਕਿਉਂਕਿ ਉਹ ਕਾਇਦੇ ਕਾਨੂੰਨ ਦੇ ਥੱਲੇ ਆ, ਉਹ ਉਨਾ ਜਿੰਨਾ ਚਿਰ ਉਹ ਜਿੰਨਾ ਡਿਲੇ ਕਰਦਾ ਉਹ ਪੈਸਾ ਦੇ ਕੇ ਉਹਦਾ ਪ੍ਰੋਪਰ ਵਿਆਜ ਦੇਵੇ, ਤਾਂ ਇਹ ਘੱਟ ਤੋਂ ਘੱਟ ਕਿਸਾਨ ਨੂੰ ਵਿਆਜ ਵੀ ਮਾਰਤਾ ਨਾ ਪਵੇ। ਸੋ ਉਹਦੇ ਵਿੱਚ ਵੀ ਸਰਕਾਰ ਦੇਖੋ ਕੀ ਫੈਸਲਾ ਲੈਂਦੀ ਆ। ਔਰ ਜਿਹੜਾ ਇਹ ਇੱਥੇ ਹੁਣ ਜਿਹੜਾ ਕਰਜ਼ਾ ਆ, ਕਰਜ਼ੇ ਇੱਦਾਂ ਚੜ੍ਹਦੇ ਆ, ਕਦੀ ਮੌਸਮ ਬੇਮੌਸਮੀ ਬਰਸਾਤ ਹੋ ਗਈ, ਕਦੀ ਸੋਕਾ ਪੈ ਗਿਆ, ਇਹ ਜਿਹੜਾ ਆ ਸਾਡੀ ਸਰਕਾਰਾਂ ਦੀ ਡਿਊਟੀ ਬਣਦੀ ਆ ਕਿ ਜਦੋਂ ਵੀ ਕਿਤੇ ਕੋਈ ਨੁਕਸਾਨ ਹੁੰਦਾ ਉਹਦੀ ਕਿਸਾਨ ਦੀ ਮਜ਼ਦੂਰ ਦੀ ਭਰਵਾਈ ਕੀਤੀ ਜਾਵੇ, ਕਿਉਂਕਿ ਮੈਨੂੰ ਅੱਜ ਪਤਾ ਲੱਗਿਆ ਕਿ ਕਈ ਘਰ ਇੱਥੇ ਡੁੱਬ ਗਏ, 1-2 ਘਰ ਤਾਂ ਜਿਹੜੇ ਗਿਰ ਗਏ, ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਜ਼ਰੂਰੀ ਹੈ ਇਹ ਕਿ ਉਹਨਾਂ ਦੀ ਸਰਕਾਰ ਸਹਾਇਤਾ ਕਰੇ, ਉਹਨਾਂ ਦਾ ਮਕਾਨ ਲਈ ਕੋਈ ਮੁਆਵਜ਼ਾ ਦੇਵੇ। ਕਿਸਾਨਾਂ ਜਿਹੜਾ ਝੋਨਾ ਇਸ ਵੇਲੇ ਕਿਸਾਨ ਦੇ ਚਿਹਰੇ 'ਤੇ ਖੁਸ਼ੀ ਸੀ ਕਿ ਵੀ ਹੁਣ ਝੋਨਾ ਜਿਹੜਾ ਆ ਉਹ ਖੇਤਾਂ ਤੋਂ ਮੰਡੀ ਜਾਏਗਾ ਔਰ 4 ਪੈਸੇ ਆਉਣਗੇ। ਅੱਜ ਇਹਨਾਂ ਦਾ ਝੋਨਾ ਹੁਣ ਖਰਾਬ ਹੋ ਗਿਆ, ਉਹਨਾਂ ਨੂੰ ਪੈਸਾ ਨਹੀਂ ਆਏਗਾ ਔਰ ਹੋਰ ਜਿਹੜਾ ਉਹਨਾਂ 'ਤੇ ਜਿਹੜਾ ਕਰਜ਼ੇ ਦੀ ਮਾਰ ਪਏਗੀ। MLA ਸਾਹਿਬ, ਜਦੋਂ ਪਿੱਛੇ ਪਾਣੀ ਆਇਆ ਆਪਣੇ ਖਿਡਾਰੀਆਂ ਦੇ ਕੇ, ਤਾਂ ਤੁਸੀਂ ਕਹਿ ਕੇ ਸਫਾਈ ਦਾ ਕੀਤਾ, ਉਹ ਸਫਾਈ ਥੋੜ੍ਹੀ ਹੋਈ, ਜੇ ਉਹ ਪੂਰੀ ਹੋ ਜਾਂਦੀ ਜਾਂ ਦੂਸਰਾ ਹੋ ਸਕਦਾ ਇਹ ਨਾ, ਕਿੱਥੇ ਗਲਤੀ ਹੋਈ ਹੈ? ਜਿੱਥੇ ਮੇਰੇ ਜਿੰਨਾ ਧਿਆਨ 'ਚ ਗੱਲ ਆ, ਉਹ ਜਿੰਨਾ ਪੈਸਾ ਚਾਹੀਦਾ ਸੀ ਉਨਾ ਪੈਸਾ ਨਹੀਂ ਆਇਆ, ਜਿੰਨਾ ਕੋਲ 30-40 ਲੱਖ ਰੁਪਇਆ ਆਇਆ, ਜਿੰਨਾ ਕੋਲ ਉਹਨਾਂ ਕੰਮ ਸੀ ਉਹ ਕਰ ਗਿਆ ਠੇਕੇਦਾਰ, ਗਾਹਾਂ ਪੈਸਾ ਰੁਕ ਗਿਆ, ਉਹ ਗਾਹਾਂ ਨਹੀਂ ਆਇਆ, ਕਿਉਂਕਿ ਇਹ ਸਰਕਾਰ ਦੀ ਨਲੈਕੀ ਆ ਕਿ ਜਿੱਥੇ ਪੈਸਾ ਚਾਹੀਦਾ ਉੱਥੇ ਜੂ ਭੇਜਣਾ ਚਾਹੀਦਾ, ਜਿੱਥੇ ਕਹਿੰਦਾ ਮਤਲਬ ਲੋਕਾਂ ਦੀ ਜ਼ਰੂਰਤਾਂ, ਸਰਕਾਰ ਕੋਈ ਵੀ ਹੋਵੇ ਉਹਦੀ ਪਹਿਲੀ ਮੁੱਢਲੀ ਡਿਊਟੀ ਆ ਕਿ ਲੋਕਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਔਰ ਲੋਕਾਂ ਨੂੰ ਜੇਕਰ ਕੋਈ ਮੁਸ਼ਕਲਾਂ ਆਈਆਂ ਉਹਨੂੰ ਦੂਰ ਕਰੇ। ਸੋ ਅਸੀਂ ਇਹ ਸਰਕਾਰ ਦੇ ਧਿਆਨ 'ਚ ਫਿਰ ਲਿਆਵਾਂਗੇ। ਜਿੱਦਾਂ ਜੀ ਹੁਣ ਪਾਣੀ ਹਾਲੇ ਬਰਸਾਤ ਚੱਲਦੀ ਆ, ਜੋ ਦਰਖਤ ਵਿੱਚ ਡਿੱਗੇ ਪਏ ਆ, ਇਹ ਪਿੰਡ ਵਾਲੇ ਲੋਕ ਆਲੇ ਦੁਆਲੇ ਦੇ ਘਬਰਾਏ ਪਏ ਆ ਵੀ ਇਹ ਫਿਰ ਸਾਡੇ ਹੋਰ ਨਾ ਕਿਤੇ ਆ ਜਾਵੇ, ਇਹਦੇ ਬਾਰੇ ਐਮਰਜੈਂਸੀ ਆਪਾਂ ਕੋਈ ਪ੍ਰਸ਼ਾਸਨ ਨੂੰ ਕਹਿ ਰਹੇ ਜੀ? ਭਾਅ ਜੀ ਮੇਰੀ ਹੁਣੇ SDM ਸਾਹਿਬ ਨਾਲ ਵੀ ਗੱਲ ਹੋਈ ਆ, ਉਹ ਆਪ ਵੀ ਜਿਹੜਾ ਕੱਢ ਕੇ ਗਏ ਆ ਔਰ ਇਹ ਗੱਲ ਮੈਂ ਕੱਲ੍ਹ ਹੀ ਜਾ ਕੇ ਕਹਿੰਦਾ ਮਤਲਬ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖਾਂਗੇ, ਸਵੇਰੇ ਹੀ ਅਸੀਂ ਉਹਨਾਂ ਨਾਲ ਹੋ ਸਕਦਾ ਮੈਂ ਟੈਲੀਫੋਨ 'ਤੇ ਵੀ ਗੱਲ ਕਰੂੰਗਾ, ਉਹਨਾਂ ਨੂੰ ਧਿਆਨ 'ਚ ਲਿਆਵਾਂਗੇ। ਕਹਿੰਦਾ ਮਤਲਬ ਉਮੀਦ ਹੈ, ਕਹਿੰਦਾ ਮਤਲਬ ਸਰਕਾਰ ਇਸ ਬਾਰੇ ਜ਼ਰੂਰ ਧਿਆਨ ਦਊਗੀ।